من سات الليل والنهار وليوں وحافظوں وقائدوں وناصروں ودليلوں وإنا حتى تسكنه أرضك طوعا وتمتعه فيها طويلا يا رب محمد وآل محمد صل على محمد وآل محمد وعجل فرج آل محمد رب رحمهما كما ربياني صغيرا اللهم صل على محمد وآل محمد صلوات بابا دے بلند یہ سارے دور دور مومن بیٹھے ہن ساڈے سنی بھرا شیعہ بھرا کٹے تھی آو نا رل بہو تے مجلس سنو اللہ تعالی زندگی کرے شاباش آ ونجو بس دے رہو آ تسا اگو آ ونجو اگلے اگو آ ونجو پچھلے آ بہو سنا کے شاباش بسم اللہ قبلہ بسم اللہ صلوات بابا دے بلند اللهم صل على محمد وعلى محمد اعوذ بالله السميع العليم من الشيطان اللين الرجيم بسم الله سارے پڑھو اللہم صلی اللہ محمد وآل محمد الحمدللہ الواحد الاحد صمد الذی لم یتخذ صاحبۃ ولم يكن له كفوا احد رب السماوات والارضين صلوات اللهم صل على محمد القاسم محمد اللہ دے ہوا رحمت للعالمین بلند صلوات ابتدا حکم دی تعمیل خطبے دا ترجمہ ابتدا مکنم با بسم اللہ دعا کرنے بسم اللہ زندگی دراز جیو بسم اللہ آباد رہ بسم اللہ سلامت رہ بسم اللہ بعد از Thank you.
ਪਵਾ ਨਾ ਸਕਦੀ ਜੀ ਕਿ ਜੀ ਬਿਸਮਿਲਲਾ ਨਾਰਾਜ਼ ਨਾ ਥੀ ਫਨ ਬਵਾਨਾ ਸਕਦੀ ਮੇਰੇ ਹੱਥ ਰੁੱਝ ਗਏ ਵਿੱਚ ਰਸੀਆਂ ਦੇ ਹੱਥ ਪੈਰ ਬਣਾਨਾ ਜੀ ਨਾਰਾਜ਼ ਨਾ ਥੀ ਮੈਂ ਉਜੜੀ ਤੇ ਕਫਨ ਪਵਾ ਨਾ ਸਕਦੀ ਮੇਰੇ ਹੱਥ ਰੁੱਝ ਗਏ ਵਿੱਚ ਰਸੀਆਂ ਦੇ ਹੱਥ ਪੈਰ ਬਣਾਨਾ ਜੀ ਅੱਛਾ ਅੱਛਾ ਲੋਕਾਂ ਮੇਰੇ ਹੱਥ ਰੁੱਝ ਗਏ ਵਿੱਚ ਰਸੀਆਂ ਦੇ ਹੱਥ ਪੈਰ ਬਣਾਨਾ ਆਏ ਸਕਦੀ ਜਿਹੜੀ ਸ਼ਾਮ ਗਰੀਬਾਂ ਲੁੱਟ ਪਈ ਏ ਹਾਲਾਤ ਦੱਸਾ ਨਾ ਸਕਦੀ ਮੇਰੀ ਗੁਰਬਤ ਨੇ ਮੈਂ ਭੇਣ ਹੋ ਕੇ ਉਹ ਹੱਥ ਮਈਆ ਤੱਕ ਲਾ ਨਾ ਸਕ ਜੀ ਬਿਸਮਿਲਲਾ ਜੀ ਬਿਸਮਿਲਲਾ 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 ਜਿਹੜੀ ਸ਼ਾਮ ਗਰੀਬਾਂ ਲੁੱਟ ਪਈ ਏ ਹਾਲਾਤ ਦੱਸਾ ਨਾ ਸਕਦੀ ਮੇਰੀ ਗੁਰਬਤ ਨੇ ਭੇਣ ਹੋ ਕੇ ਉਹ ਹੱਥ ਮਈਆ ਤੱਕ ਲਾ ਹੈ ਬਿਸਮਿਲਲਾ ਬਿਸਮਿਲਲਾ ਟਾਈਮ ਨਹੀਂ ਬਿਸਮਿਲਲਾ ਮਿਹਰਬਾਨੀ ਕਰੋ ਥੋੜ੍ਹਾ ਟਾਈਮ ਹੈ ਬਿਸਮਿਲਲਾ ਤੁਹਾਡੀ ਜ਼ਿੰਦਗੀ ਹੋਵੇ ਕਹਿ ਸਹਿਣ ਦਵੈਣ ਤਾਰਫ ਕਰਾਵਾਂ ਅੱਛਾ ਜਿਹੜੀ ਸ਼ਾਮ ਗਰੀਬਾਂ ਲੁੱਟ ਪਈ ਸਕਦੀ ਅਜੀ ਗੁਰਬਤ ਦੇ ਮੈਂ ਭੇਣ ਹੋ ਕੇ ਉਹ ਹੱਥ ਮਈਆ ਤੱਕ ਲਾ ਜੀ ਅੱਛਾ ਅਰਬ ਦੀ ਸ਼ਹਿਜ਼ਾਦੀ ਮੁਮਕਨਾਤ ਦੀ ਮਲਕਾ ਕਰਬਲਾ ਦੀ ਸ਼ੇਰ ਦਿਲ ਖਾਤੂਨ ਮਹਰੂਮਤ ਅਲ ਮੁਸਰਤ ਬੀਬੀ ਅਰਬੀ ਦਾਦਾ ਕੋਲੋਂ ਪੁੱਛੋ ਮਹਰੂਮਤ ਅਲ ਮੁਸਰਤ ਕਹਿ ਕੋ ਅਦਲ ਜੈ ਕੋ ਪੂਰੀ ਜ਼ਿੰਦਗੀ ਖੁਸ਼ ਨਸੀਬ ਨਾ ਥਈ ਸੈਨ ਜੜੀ ਕਿਰਦਾਰ ਬਤੂਲ ਗੁਤਾਰ ਚਰਸੂਲ ਖੁਲ ਕੇ ਜਸਨ ਸਬਰ ਚੁਸੈਨ ਜਲਾਲ ਚਗਾਵੀ ਅਲੀ ਦੀ ਅਲੀ ਦੀ ਮਦਵੀਆ ਜ਼ਕੀਆ ਸ਼ਫੀਆ ਜਾਫਰ ਤਿਆਰ ਦੀ ਨੋ ਨਾਲਾਇਕ ਜੀ ਬਿਸਮਿਲਲਾ ਨਾਲਾਇਕ ਦੁਕਾਨ ਦੇ ਨਾਲਾਇਕ ਜ਼ੇਵਰ ਲਾਇਕ ਹੱਥਾਂ ਚ ਪਾ ਕੇ ਯਾਰਾ ਮੁਹਰਮ ਦੀ ਜੀਗਰ ਕੁੰਭਰਾ ਦੀ ਜਾਗੀਰ ਜੀਵੀ ਆਈ ਜਿਵੇਂ ਨਵਾਂ ਕੇ ਫਾਦਮੀ ਨਵੀਂ ਜਾਤ ਆਕਰ ਬਿਸਮਿਲਲਾ ਤਾਲੀ ਬਿਸਮਿਲਲਾ ਬਿਸਮਿਲਲਾ ਆਬਾਦ ਰਹੋ ਬਿਸਮਿਲਲਾ ਜੀ ਬਿਸਮਿਲਲਾ ਨਾ ਵਾਕੇ ਫਦਵੀ ਨਵੀਂ ਜਾਤ ਆਖਰ ਦੇ ਆਦੀ ਅੰਮਾ ਫਿਰਾ ਮੈਂ ਕੁਵੀਰ ਦੇ ਖੂਨ ਦੀ ਖੁਸ਼ਬੂ ਵੀ ਆਉਂਦੀ ਮੈਂ ਗੂ ਭੈ ਲੰਮੇ ਦਾ ਪਤਾ ਨਹੀਂ ਲੱਗਦਾ ਫਿਰਾ ਦੀ ਲਾਸ਼ ਤੇ ਘਿਨ ਜੁਲ ਦਈ ਫਿਰ ਇੱਕ ਮਕਾਮ ਤੇ ਘਿਨ ਆਈ ਆਦੀ ਮੁਰਸ਼ਦ ਆਦੀ ਵੀਰ ਦੀ ਲਾਸ਼ ਹੈ ਮਰੀ ਸੈਨ ਦੇ ਤੇ ਗਵਾਦੀਆਂ ਵੀਰ ਦੀ ਲਾਸ਼ ਤੇ ਘਿਨ ਜੁਲ ਤੂੰ ਮੈਂ ਕੁਤੀਰਾਂ ਦੇ ਪੱਥਰਾਂ ਦੇ ਢੇਰ ਦਿਖੇ ਨਹੀਂ ਫਿਰ ਮੂੰਹ ਤੇ ਮਾਤਮ ਕਰ ਗਿਆ ਦੀ ਮਰ ਮਿਆ ਤੁਹਾਡੇ ਉੱਤੇ ਜ਼ੁਲਮ ਥੀਂਦੇ ਨਾ ਦੇਖਾ ਤੇਰਾ ਫਿਰਾ ਇੱਥੇ ਨਮਾਜ਼ ਵੀ ਪੜਦਾ ਤੀਰ ਤੇ ਪੱਥਰ ਇੱਥੇ ਹੀ ਪੈ ਵਸਦੇ ਹਨ ਅੱਜ ਫਿਰਾ ਨੂੰ ਵਾਂਗੂ ਤਬਲੀਗ ਇਸਲਾਮ ਕਰੇਂਦੀ ਜਾ ਪੱਥਰਾਂ ਚ ਲੁਕ ਗਈ ਉਜੜੀ ਪੱਥਰ ਹਟਾ ਵੀਰ ਕੁਮਿਲ ਬੜੀ
ਸਾਇਆ ਜ਼ਮੀਨ ਤੇ ਬਹਿ ਗਈ ਹੈ। ਪਤਰਾ ਮੈਲੀ ਦਿਧੀਆ ਮੇਰੀ ਉਹ ਰੁੱਤ ਤਾਂ ਨਹੀਂ ਰਹੀ। ਦੀਦੀ ਹੋ ਕੇ ਹੁਕਮ ਲੈਂਦੀਆਂ ਮੇਰੇ ਵੀਰਾ ਦੀ ਲਾਸ਼ ਛੋੜ ਲਿਓ। ਪੱਥਰ ਹਟ ਗਏ ਵੀਰਾ ਦੀ ਲਾਸ਼ ਨਜ਼ਰ ਆਈ ਅਸ ਇਰਾਦਾ ਕੀਤੇ ਬਹੁਤ ਸਾਗਿਨ ਗੱਲ ਤਾਂ ਕੱਪਿਆ ਹੋਇਆ ਹਾ ਹੱਥ ਚਲ ਹੱਥ ਵੀਰਾ ਦੇ ਹੱਥ ਦਾ ਬਹੁਤ ਸਾਗਿਨ ਅੰਗਲ ਕੱਟੀ ਹੋਈ ਨਜ਼ਰ ਆਈ ਹੈ। ਉਹ ਅੰਗਲੀ ਤਮਾ ਮੁੰਦਰੀ ਪਵਾਈ ਅਸ ਆਦਿਆ ਲੁੱਟਵਾ ਕੇ ਹੱਕ ਮਾਂ ਉਜੜੀ ਦਾ ਕੀਤੀ ਪੀਆ ਹੈ ਰੇਤ ਪਸੰਦ ਭੇਣੀ ਮਿਲਣ ਕਿਤੇ ਆਇਆ ਨੀ ਉੱਠ ਮਿਲ ਗਨ ਗੈਰਤ ਬਿਸਮਿਲਾ ਭੇਣੀ ਮਿਲਣ ਕਿਤੇ ਆਇਆ ਨੀ ਉੱਠ ਮਿਲ ਗਨ ਗੈਰਤ ਆਬਾਦ ਰਹੋ ਹੁਸੈਨ ਭੇਣ ਦਾ ਛੇਕੜੀ ਸਲਾਮ ਹੋਵੀ ਕੋਈ ਜਵਾਬ ਨਹੀਂ ਆਇਆ। ਅਲੀ ਹੁਸੈਨ ਦੀ ਆਵਾਜ਼ ਆਉਂਦੀ ਫਾਤੇ ਖਾਮੋਸ਼ ਨਹੀਂ ਰਹਿੰਦੇ ਫਾਤੇ ਕਰਬਲਾ ਹੈ ਮੇਰੇ ਨਾਲ ਕਲਾਮ ਕਰ। ਮੇਰੇ ਮੌਲਾ ਹੁਸੈਨ ਦੀ ਲਾਸ਼ ਨੇ ਕਰਵਟ ਬਦਲੀ ਹੈ ਅੰਮਾ ਦੀ ਜਾਈ ਰੱਤੋ ਕੀ ਆਈ ਹੋਇਆ ਰਾਤ ਮੇਰੀ ਲਾਸ਼ ਮੇਰਾ ਨਾਨਾ ਮੁਹੰਮਦ ਅਮਰੀ ਬਤੂ ਲਈ ਬਾਬਾ ਅਲੀ ਹਸਨ ਵੀਰ ਤੂੰ ਲੈ ਆਈ। ਮੇਰੀ ਸੈਨ ਆਪਣੀ ਮਜਬੂਰੀ ਦਿੱਤੀ ਹੈ ਮਜਬੂਰੀ ਦੱਸ ਕੇ ਮੇਰੀ ਸੈਨ ਵਹਿਣ ਕੀਤੇ ਅੱਬਾਸ ਦਾ ਕਾਤਲ ਸਾਡੇ ਖੈਮੀਆਂ ਵਿੱਚ ਬਹੁ ਦੇਰ ਖੜੋਤਾ ਕਰੋ ਮਾਤਮ ਹੈ ਗਾਲੀ ਮੈਂ ਤੂੰ ਵੱਲ ਵੱਲ ਪੁੱਛਦਾ ਦਾਰੀ ਲੈਣ ਲਗੇ ਦੁਰ ਦੀ ਤੈਰੀ ਦੇ ਮੈਂ ਕੁਕਤਾਲ ਤੇਰਾ ਆ ਭੁੱਲ ਜੀ ਕੀ ਬੋਲਾ ਬਿਸਮਿਲ ਅਕਬਰ ਦਾ ਕਾਤਲ ਤੇਰੀ ਧੀ ਉਜੜੀ ਦਾ ਤੇ ਦਾਜ ਲੁੱਟੇ ਆਬਾਦ ਰਹੋ ਸਲਾਮਤ ਰਹੋ। ਮੌਲਾ ਤੁਹਾਡੀ ਮੁਕਾਨ ਮਨਜ਼ੂਰ ਫਰਮਾਵੇ ਅੱਲਾਹ ਤੋਂ ਸਲਾਮਤ ਰੱਖੇ। ਇਹ ਗਮ ਦੇ ਬਗੈਰ ਹੋਰ ਕੋਈ ਕੰਮ ਨਾ ਦੇਖੋ। ਇਬਾਦਤ ਮੁਕੰਮਲ ਕਰਨ ਦੀ ਖਾਤਰ ਇੱਕ ਜਾਂ ਡੇਢ ਕਸੀਦਾ ਇਹਦੇ ਬਾਅਦ ਥੋੜ੍ਹਾ ਜਮਾ ਸਾਹਿਬ ਮਰ ਸਾਹਿਬ ਵੀ ਸਿੱਧਾ ਹੋ ਗਿਆ ਕਿਉਂਕਿ ਮੈਂ ਇਹਨਾਂ ਨਸਰੀ ਦਾ ਕਿ ਜੋ ਨਹੀਂ ਜੋ ਮੈਂ ਘੰਟੇ ਘੰਟੇ ਤੌਕ ਪਾ ਦਿਉਂਦੇ ਤੰਗ ਕਰਾਂ ਅਸਾ ਕੋਲ ਬੁੱਢੇ ਪਾਏ ਬਸ ਬਾਬਾ ਦੇ ਬੁਲੰਦ ਸਲਵਾਤ ਪੜ੍ਹੋ ਜ਼ਿੰਦਗੀ ਦਰਾ ਉਸ ਵੇਲਾ ਜਨਾਬ ਰਸੂਲ ਕਰੀਮ ਖਤਮ ਨਬੀਜੀਨ ਵਮਾਰ ਸਲਨਾ ਕਿਲਾ ਰਹਿਮਤ ਲਿਲ ਆਲਮੀਨ
ਮੰਬੈ ਜੂਦੋ ਸਖਾ ਤਾਜਦਾਰ ਹਲ ਅਤਾ ਵਾਰਿਸ ਇਨਮਾ ਹਸਨੈਨ ਦਾ ਨਾਨਾ ਸੈਨ ਬਤੂਲ ਦਾ ਬਾਬਾ ਸ਼ਰਾਫਤ ਦਾ ਕਾਬਾ ਤੇ ਕਾਬੇ ਦਾ ਕਾਬਾ ਜ਼ਿੰਦਗੀ ਦਰਾਸ ਬਿਸਮਿਲਲਾ। ਅੱਜ ਮੈਂ ਉਹ ਕਸੀਦਾ ਪੜ੍ਹਨੇ ਮੈਂ ਰਾਜ਼ੀ ਦਾ ਪੜ੍ਹਦਾ ਪਿਆ ਹਾਂ। ਬੜਾ ਸੋਹਣਾ ਫਜ਼ਾਇਲ ਕਰ ਗਏ ਅਲੀ ਦੀ ਸ਼ਾਨ ਬਿਆਨ ਕੀਤੀ। ਮੈਂ ਅੱਜ ਕੁਰਾਨ ਚੋਂ ਕਸੀਦਾ ਪੜ੍ਹਦਾ ਆਦਾ ਬਿਆਨ ਆ। ਕੁਰਾਨ ਨਹੀਂ ਪੜ੍ਹਦੇ ਜਾਂ ਜਿਹੜੇ ਪੜ੍ਹਦੇ ਨੇ ਉਹ ਬੁਲੇਂਦੇ ਨਹੀਂ ਪਏ। ਅੱਜ ਮੈਂ ਦੱਸਿਆ ਨਾ ਕੁਰਾਨ ਹੀ ਪੜ੍ਹਦੇ ਹੈ, ਇਲਮ ਵੀ ਹੈ। ਮਿੰਬਰ ਤੇ ਬੈਠਣ ਤਸ਼ਰੀਫ ਫਰਮਾਇਣ, ਸਾਹਬਾ ਕਰਾਮ ਸਾਹਮਣੇ ਬੈਠਣ, ਆਪਣੇ ਫਰਮਾਇਆ ਮੇਰੇ ਸਾਹਬਾਓ ਅੱਜ ਤੁਹਾਨੂੰ ਵੱਡੀ ਇਬਾਦਤ ਦੱਸਾਂ। ਸਾਹਬਾ ਕਰਾਮ ਨੇ ਅਦ ਕੀਤੀ, ਯਾ ਰਸੂਲ ਅੱਲਾ ਅਸਾਂ ਨਮਾਜ਼ਾਂ ਪੜ੍ਹਦੇ ਹਾਂ, ਰੋਜ਼ੇ ਰੱਖਦੇ ਹਾਂ, ਹੱਜਾਂ ਕਰਦੇ ਹਾਂ, ਜ਼ਕਾਤਾਂ ਉਛਰ ਸਭ ਕੁਛ ਕਰਦੇ ਹਾਂ ਤੇਰੇ ਹੁਕਮ ਦੇ ਮੁਤਾਬਿਕ, ਇਹਨਾਂ ਤੋਂ ਵੱਡੀ ਇਬਾਦਤ ਬਈ ਵੀ ਹੈ? ਆਪਨੇ ਫਰਮਾਇਆ ਜਿਹੜੀ ਇਬਾਦਤ ਅੱਜ ਮੈਂ ਤੁਹਾਨੂੰ ਦੱਸਣੀ ਹੈ, ਸਾਰੀਆਂ ਇਬਾਦਤ ਸਰਦਾਰ ਇਬਾਦਤ ਹੈ। ਅਗਰ ਉਹ ਨਾ ਕਰੇ ਸੋ ਕੋਈ ਤੁਹਾਡੀ ਇਬਾਦਤ ਕਾਬਿਲ ਕਬੂਲ ਹੀ ਨਹੀਂ। ਯਾ ਅਲੀ, ਅੱਜ ਕਿਤੇ ਬਈਆਂ ਨੂੰ ਯਾ ਰਸੂਲ ਅੱਲਾ, ਯਾ ਰਸੂਲ ਅੱਲਾ ਬਿਆਨ ਫਰਮਾਓ। ਆਪਨੇ ਅਲੀ ਦੋ ਡਿੱਠਾ ਹੱਦ ਇਸ਼ਾਰਾ ਕਰਕੇ ਫਰਮਾਇਆ, ਨਜ਼ਰ ਇਲਾ ਵਜਹ ਅਲੀਨ ਇਬਾਦਾ, ਅਲੀ ਦੇ ਚਿਹਰੇ ਤੋਂ ਦੇਖਣ ਇਬਾਦਤ। ਜਨਾਬ ਸੁਲੇਮਾਨ ਬੈਠਾ ਉੱਠਾ ਦੇ ਕੇ ਤੇ ਯਾ ਰਸੂਲ ਅੱਲਾ ਅਗਰ ਕਦਾਹੀ ਅਲੀ ਸਾਕੁ ਨਜ਼ਰ ਨਾ ਆਵੇਨ ਵਲ ਇਬਾਦਤ ਤੋਂ ਮਹਰੂਮ ਰਹਿ ਗਈ ਉਸੇ। ਆਪਨੇ ਫਰਮਾਇਆ ਮਹਰੂਮ ਨਹੀਂ ਰਹਿ ਸਕਦੇ ਅਗਰ ਅਲੀ ਤੁਹਾਡੇ ਦਰਮਿਆਨ ਵਿੱਚ ਮੌਜੂਦ ਨਾ ਹੋਵੇਨ। ਤੋ ਜ਼ਿਕਰੋ ਅਲੀਨ ਇਬਾਦਾ, ਅਲੀ ਦਾ ਜ਼ਿਕਰ ਇਬਾਦਾ। ਹੁਣ ਕੰਬਰ ਉੱਠਿਆ, ਕੰਬਰ ਦੇ ਸਹੀ ਅਗਰ ਕੋਈ ਸਾਗੂ ਅਲੀ ਅਲੀ ਨਾ ਕਰਾਂ ਦੇਵੇ, ਚੇਂਜਿੰਗ ਹੋ ਜਾਂਦੀ ਹੈ, ਹਕੂਮਤਾਂ ਤਬਦੀਲ ਹੋ ਜਾਂਦੀਆਂ, ਸਭ ਕੋਈ ਅਲੀ ਅਲੀ ਨਾ ਕਰਾਂ ਵਾਲੀ ਬਾਦ ਤੋਂ ਮਾਹਰੂਮ ਰਹਿ ਗਈ। ਆਪਣੇ ਫਰਮਾਇਆ ਨਹੀਂ ਨਿਵੇ ਰਹਿ ਸਕਦੇ ਵਾਲ ਵੀ, ਕੋਈ ਤੁਹਾਨੂੰ ਅਲੀ ਅਲੀ ਨਾ ਕਰਾਂ ਦੇਵੇ ਤਾਂ ਹੁਬੂ ਅਲੀ ਉਹਨੀ ਬਾਦ ਆ, ਅਲੀ ਦੀ ਮੁਹੱਬਤ ਇਬਾਦਤ। ਬਸ ਫਜ਼ਾਇਲ ਇਤਨਾ ਕਾਫੀ, ਕਾਫੀ ਫਜ਼ਾਇਲ ਸੁਣੀ ਬੈਠੇ ਹੋ, ਕਸੀਦਾ ਪੜ੍ਹਾਂ ਇਸ ਵੇਲੇ। ਮੇਰਾ ਅਲੀ ਸਾਰੇ
بيني وبينكم ومن عنده علم الكتاب میرا علی ہے مولا او قران پڑھنے والے میرا علی ہے مولا علی ہے میرا علی ہے مولا علی اولا تیری بیٹی کو صحت کامل عطا فرماوے جو مومن مومنات بیمار مولا شفا دے ایک قصیدے دا صدقہ میرا علی ہے مولا علی ہے ومن الناس من یسری نفس ابتغاء مرضات اللہ واللہ رؤوف بالعباد میرا علی ہے مولا علی جماعت بھرائی سنو سارے مومن سنو شیعہ سنو انما ولیکم اللہ ورسولہ والذین آمنوا الذین یقیمون الصلاۃ ویؤتون الزکاۃ وہم راکعون میرا علی ہے مولا بسم اللہ بسم اللہ بسم اللہ میرا علی ہے مولا علی ہے میرا علی ہے مولا علی ہے میرا علی ہے مولا علی ہے یا ایہا رسول بلغ ما انزل الیک من ربک وَإِلَّمْ تَفْعَلْ فَمَا بَلَّغْتَ رِسَالَتَا میرا علی ہے مولا علی ہے علی ہے مولا علی ہے میرا علی ہے فَقُلْ تَعَالَ نَدُو أَبْنَانَا وَأَبْنَاكُمْ وَنِسَاءَنَا وَنِسَاءَكُمْ ثُمَّ نَبْتَهِلْ لعنت اللہ للکاذبین میرا علی ہے مولا علی ہے میرا علی ہے مولا علی ہے میرا بسم اللہ بسم اللہ اچھا جناب بسم اللہ وَنِسَانَا وَنِسَاكُمْ وَنُفُسَنَا وَنُفُسَكُمْ سُمَّا نَبْتَحِلْ فَنَجَا لَنَتَ اللَّهِ لَلْقَاذِبِينَ میرا علی ہے مولا علی ہے مولا علی شامل ہے نا یہ کافلے مولا علی ہے امامہم میرا علی ہے کیا ماتا لڑی بسم اللہ میرا علی ہے مولا یہ قرآن پہ یاد ہے بسم اللہ علی ہے مولا وکلا شینا حسینا ہو فی امام مبین میرا علی ہے مولا علی ہے مولا علی ہے میرا علی ہے مولا لا لا علی لا حلک عمر میرا علی ہے مولا سوڑی بسم اللہ حضرت عمر فرمے دے اگر علی نہ ہوں دا میں حلک ہوں بسم اللہ اچھا بسم اللہ میرا علی ہے مولا علی ہے میرا علی ہے مولا علی ہے میرا میں مشرق نصیب ہی ہوں آخری نہیں ہوگی مولا گھٹا گھٹ جو پڑھ کے میں گھٹا نہ پڑھا علی ہے مولا
बिस्मिल्लाह सलामत रहो। हाँ बिस्मिल्लाह बस मुके हैं एक नाराज नहीं करें। अच्छा जना मेरा अली है मौला अली है मेरा अली है मौला अली है काबे च आए जो बुत कदे नो किबला बनाए। बिस्मिल्लाह सलामत रहो। बिस्मिल्लाह हक अली हक इवें हक बन दे अली हक मां नबी दा जड़ी आके हट गई ऐ मां अली दे दीवार फट गई। सब नो बुला के अल्लाह ने तमाम नबियों को फरिश्ता को फरमाया आओ मेरे घर देखो आया कौन है। सब नो बुला के रब ने दिखाया ए ओ है जिसने आदम बनाया। बिस्मिल्लाह बिस्मिल्लाह पाक रसूल आयन अली को चाया ते फरमाया या अली कुरान सुना। अली ने कुरान सुनाया पाक मुहम्मद ने हां ना लाया ते फरमाया ऐनुल्लाह तू है वजहुल्लाह तू है वजनुल्लाह तू है नफसुल्लाह तू है। जिंदगी दराज बिस्मिल्लाह 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 आबाद रहो सलामत रहो। पाक मुहम्मद ने हाँ नाला के फरमाया ऐनुल्लाह तू है वजहुल्लाह तू है वजनुल्लाह तू है नफसुल्लाह तू है। जीवे तमै को जीवे तमै को कुरआन सुनाए दुआ है अल्लाह तो सलामत रखे।
داخل تھیاں اک دی نبی دی دوہ دے اہلے دے ہن دوہ ماوا اسلام ددو درباراں وچ دو بیبیاں داخل تھیاں